ਤੁਸੀਂ ਕਿਸਾਨਾਂ ਦੇ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਜਾਣ ਵਾਸਤੇ ਚਾਲੇ ਜਿਨ੍ਹਾਂ ਨੇ ਪਾਏ ਸੀ ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਤੇ ਸਿੱਧੀਆਂ ਗੋਲੀਆਂ ਚਲਾ ਰਹੇ ਹੋ, ਉਹਨਾਂ ਤੇ ਅਥਰੂ ਗੈਸ ਛੱਡ ਛੱਡ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ, ਜਿਸ ਦੇ ਫਲਸਰੂਪ 4 ਕਿਸਾਨ ਆਪਣੀ ਜਾਨ ਗਵਾ ਚੁੱਕੇ ਹਨ। ਪਰ ਸਾਡਾ ਤੁਹਾਨੂੰ ਇਹ ਸੁਨੇਹਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਹਾਂ। ਦੁਨੀਆਂ ਭਰ ਵਿੱਚ ਵੱਸਦੇ ਜਿੰਨੇ ਵੀ ਸਿੱਖ ਹਨ ਉਹ ਸਾਰੇ ਕਿਸਾਨਾਂ ਦੇ ਨਾਲ ਖੜੇ ਹਨ। ਕਿਸਾਨ ਭਾਵੇਂ ਸਿੱਖ ਹੋਣ ਜਾਂ ਕਿਸੇ ਹੋਰ ਧਰਮ ਨਾਲ ਸੰਬੰਧ ਰੱਖਦੇ ਹੋਣ, ਉਹਨਾਂ ਦੀਆਂ ਆਰਥਿਕ ਮੰਗਾਂ ਜਿਹੜੀਆਂ ਕਿ ਹਰ ਪੱਖ ਤੋਂ ਜਾਇਜ਼ ਹਨ, ਉਹ ਆਪਣੀਆਂ ਆਰਥਿਕ ਹੱਕੀ ਮੰਗਾਂ ਵਾਸਤੇ ਜੋ ਸੰਘਰਸ਼ ਕਰ ਰਹੇ ਹਨ, ਉਹ ਸੰਘਰਸ਼ ਦਾ ਸਮੁੱਚੀ ਸਿੱਖ ਕੌਮ ਹਮਾਇਤ ਕਰਦੀ ਆ। ਜਿਹੜੇ ਸਾਡੇ ਭਰਾ 30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਜੱਗੀ ਚੌਕ, ਭਾਈ ਹਰਦੀਪ ਸਿੰਘ ਸ਼ੇਰਾ, ਭਾਈ ਰਮਨਦੀਪ ਸਿੰਘ ਬੱਗਾ, ਜਿਨ੍ਹਾਂ ਨੇ ਸਿੱਖ ਕੌਮ ਦੇ ਦੋਸਤਾਂ ਦੋਖੀਆਂ ਨੂੰ ਸੋਧਣ ਵਾਸਤੇ ਜਦਨ ਕੀਤੇ ਔਰ ਕਾਮਯਾਬ ਹੋਏ ਅਤੇ 30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਜਦ ਕਿ ਤੁਹਾਡਾ ਅਸਾਰ ਸਰਸੇਵਾੜਾ, ਜਿਹੜਾ ਕਿ ਬਲਾਤਕਾਰ ਦੇ ਕੇਸਾਂ ਦੇ ਵਿੱਚ, ਕਤਲ ਦੇ ਕੇਸਾਂ ਵਿੱਚ ਉਮਰ ਕੈਦ ਕੱਟ ਰਿਹਾ, ਤੁਸੀਂ ਉਸ ਨੂੰ 10ਵੀਂ ਵਾਰ ਪੈਰੋਲ ਦੇ ਦਿੱਤੀ, ਜਦਕਿ ਸਾਡੇ ਇਹਨਾਂ ਸਿੱਖ ਯੋਧਿਆਂ ਨੂੰ ਪੈਰੋਲ ਤੱਕ ਨਹੀਂ ਦਿੰਦੇ ਰਹੇ ਇੱਕ ਪਿੰਡ ਨੂੰ ਵੀ। ਸੋ ਇਸ ਕਰਕੇ ਸਾਡਾ ਤੁਹਾਨੂੰ ਸੁਨੇਹਾ ਹੈ ਕਿ ਸਮੁੱਚੀ ਸਿੱਖ ਕੌਮ ਆਪਣੇ ਇਹਨਾਂ ਬੰਦੀ ਸਿੰਘਾਂ ਦੇ ਨਾਲ ਖੜੀ ਆ ਜਿਹੜੇ ਸਾਡੇ ਭਰਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹਨ, ਜਿਹੜੇ ਪਾਕੜਤਾਲ ਤੇ ਹਨ, ਭਾਈ ਅਮਰਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਸਾਰੇ ਸਾਥੀ ਜਿਹੜੇ ਕਿ ਆਪਣੀ ਜੇਲ੍ਹ ਤਬਦੀਲੀ ਕਰਾਉਣ ਵਾਸਤੇ ਪਾਕੜਤਾਲ ਤੇ ਹਨ। ਸੋ ਅਸੀਂ ਸਾਰੇ ਉਹਨਾਂ ਦੇ ਨਾਲ ਹਾਂ ਔਰ ਜੋ ਤੁਸੀਂ ਅਤਿਆਚਾਰਾਂ ਦਾ ਇਹ ਸਿਲਸਿਲਾ ਆਰੰਭ ਕੀਤਾ ਉਸ ਦੀ ਅਸੀਂ ਵਿਰੋਧਤਾ ਕਰਦੇ ਹਾਂ, ਆਲੋਚਨਾ ਕਰਦੇ ਹਾਂ ਔਰ ਇਹ ਸਪਸ਼ਟ ਸਾਡਾ ਐਲਾਨ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਬੰਦੀ ਸਿੰਘਾਂ ਦੇ ਨਾਲ ਹਾਂ। ਭਾਈ ਜਗਤਾਰ ਸਿੰਘ ਹਵਾਰਾ ਵਰਗੇ ਯੋਧੇ ਸਿੱਖ ਕੌਮ ਦੇ ਨਾਇਕ ਹਨ ਅਤੇ ਨਾਇਕ ਹੀ ਰਹਿਣਗੇ। ਬੰਦੀ ਸਿੰਘ ਕਿਸਾਨਾਂ ਤੇ ਅਤਿਆਚਾਰ ਬੰਦ ਕਰੋ, MSP ਬਹਾਲ ਕਰੋ, MSP ਬਹਾਲ ਕਰੋ, MSP ਬਹਾਲ ਕਰੋ, MSP ਬਹਾਲ ਕਰੋ, ਕਿਸਾਨਾਂ ਤੇ ਅਤਿਆਚਾਰ ਬੰਦ ਕਰੋ, ਕਿਸਾਨਾਂ ਤੇ ਅਤਿਆਚਾਰ ਬੰਦ ਕਰੋ, ਮੋਦੀ ਸਰਕਾਰ ਜ਼ਿੰਦਾਬਾਦ, ਮੋਦੀ ਸਰਕਾਰ ਜ਼ਿੰਦਾਬਾਦ, ਬੰਦੀ ਸਿੰਘ ਬਹਾਲ ਕਰੋ, ਬੰਦੀ ਸਿੰਘ ਬਹਾਲ ਕਰੋ।